ਵੈਲਕਮ ਬੈਕ ਕਰੇਲੂ ਇਲਾਜ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਮੈਂ ਬੜਾ ਜ਼ਬਰਦਸਤ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਅੱਜ ਦੇ ਟਾਈਮ 'ਚ ਬੰਦਾ ਬੁਖਾਰ ਤੋਂ ਰਿਕਵਰ ਕਰ ਜਾਂਦਾ ਹੈ ਲੇਕਿਨ ਸੁੱਕੀ ਖੰਗ ਹੈ ਕਿ ਜਾ ਹੀ ਨਹੀਂ ਰਹੀ ਇੰਨੀ ਪਰੇਸ਼ਾਨੀ ਹੋ ਗਈ ਹੈ ਮੈਂ ਦੇਖਦਾ ਟੈਬਲੇਟ ਖਾ ਰਹੇ ਹੈ ਕੈਪਸੂਲ ਖਾ ਰਹੇ ਹੈ ਲਿਕਵਿਡ ਪੀ ਰਹੇ ਸਿਰਪ ਪੀ ਰਹੇ ਹੈ ਸਭ ਕੁਝ ਕਰ ਰਹੇ ਹੈ ਰਾਤੀ ਤਾਂ ਇੰਨੀ ਖੰਗ ਉੱਠਦੀ ਹੈ ਕਿ ਬੰਦਾ ਕਦੀ ਮਿਸ਼ਰੀ ਮੂੰਹ ਚ ਪਾਉਂਦਾ ਹੈ ਕਦੀ ਸ਼ਹਿਦ ਲੈਂਦਾ ਹੈ ਕਦੀ ਕੋਈ ਟੌਫੀ ਖਾਂਦਾ ਹੈ ਕੁਝ ਖਾਂਦਾ ਹੈ ਫਿਰ ਵੀ ਖੰਗ ਨਹੀਂ ਜਾ ਰਹੀ ਦੇਖੋ ਕਿਆ ਕਮਾਲ ਦੀ ਗੱਲ ਹੋ ਗਈ ਅੱਜ ਮੈਂ ਤੁਹਾੜ ਨਾਲ ਐਸਾ ਨੁਸਖਾ ਸ਼ੇਅਰ ਕਰਾਂਗਾ ਕਿ ਜਿਹੜੇ ਬੰਦੇ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਔਰ ਰਾਤ ਤੋਂ ਲੈ ਕੇ ਸਵੇਰ ਤੱਕ ਖੰਗ ਆਈ ਜਾਂਦੀ ਹੈ ਨਾ ਉਹ ਇੱਕ ਰਾਤ ਦੇ ਵਿੱਚ ਹੀ 70 ਤੋਂ 80% ਆਰਾਮ ਆ ਜਾਏਗਾ ਔਰ ਸ਼ਾਇਦ ਜ਼ਿਆਦਾ ਹੀ ਆ ਜਾਏ ਔਰ 3-4 ਦਿਨ ਕਰ ਲਓ ਮੈਂ ਕਹਿੰਨਾ ਸੁੱਕੀ ਖੰਗ ਠੀਕ ਔਰ ਸਭ ਤੋਂ ਬੈਸਟ ਪਾਰਟ ਇਸ ਵੀਡੀਓ ਦਾ ਐਬ ਹੈ ਕਿ ਕਿਸੇ ਵੀ ਖਾਣ ਵਾਲੀ ਦਵਾਈ ਦੀ ਪੀਣ ਵਾਲੀ ਦਵਾਈ ਦੀ ਲੋੜ ਹੀ ਨਹੀਂ ਹੈ ਦੇਖੋ ਕਿਆ ਕਮਾਲ ਦੀ ਗੱਲ ਹੈ ਠੀਕ ਹੈ ਕਿਆ ਨੁਸਖਾ ਜੀ ਬੜੇ ਧਿਆਨ ਨਾਲ ਸੁਣੋ ਗਾ ਦਾ ਸ਼ੁੱਧ ਕਿਉ ਚਾਹੀਦਾ ਪਾਣੂ ਚਾਹੇ ਉਹ ਦੇਸੀ ਗਾਂ ਹੈ ਚਾਹੇ ਉਹ ਬਲੈਤੀ ਹੈ ਕੋਸ਼ਿਸ਼ ਕਰਨਾ ਕਿ ਦੁੱਧ ਜਿਹੜਾ ਆਪਣੇ ਘਰ ਲਿਆ ਕੇ ਉਹਦਾ ਕਿਉ ਕੱਢ ਕੇ ਉਹ ਕਿਉ ਯੂਜ਼ ਕਰਨਾ ਖਾਲੀ 10 ਵੀ ਗ੍ਰਾਮ ਚਾਹੀਦਾ ਇਸ ਤੋਂ ਜ਼ਿਆਦਾ ਦੀ ਲੋੜ ਹੀ ਨਹੀਂ ਰਾਈਟ ਉਸ ਕਿਉ ਨੂੰ ਤੁਸੀਂ ਇੱਕ ਕਾਟਨ ਦੀ ਬੱਤੀ ਲੈ ਕੇ ਨਾ ਕਾਟਨ ਕਾਟਨ ਲੈ ਕੇ 2 ਤੋਂ 3 ਗ੍ਰਾਮ ਕਿਉ ਦੇ ਅੰਦਰ ਲਪੇਟ ਲੈਣੀ ਹੈ ਔਰ ਉਹਨੂੰ ਜਿੱਥੋਂ ਅਸੀਂ ਮਲ ਤਿਆਗ ਕਰਦੇ ਹਾਂ ਪਾਟੀ ਵਾਲੀ ਜਗ੍ਹਾ ਉਸ ਥਾਂ ਦੇ ਉੱਤੇ ਰਾਤੀ ਇਨਸਰਟ ਕਰਕੇ ਰੱਖ ਲਓ ਔਰ ਤੁਸੀਂ ਦੇਖੋਗੇ ساری ਰਾਤ ਖਾਂਗ ਨਹੀਂ ਉਠੇਗੀ ਜੇ ਉਠੇਗੀ ਤੇ ਬਹੁਤ ਥੋੜੀ ਥੋੜੀ ਉਠੇਗੀ ਤਿੰਨ ਚਾਰ ਦਿਨ ਕਰ ਲਓ ਬਿਲਕੁਲ ਠੀਕ ਹੋ ਜਾਓਗੇ ਔਰ ਸਵੇਰ ਤੱਕ ਤਾਂ 70 80% ਆਰਾਮ ਆ ਜਾਣਾ ਔਰ ਕਿੰਨੀ ਵਧੀਆ ਗੱਲ ਹੈ ਕਿਸੇ ਮੈਡੀਸਿਨ ਖਾਣ ਦੀ ਲੋੜ ਨਹੀਂ ਪੈਣੀ ਔਰ ਇਹਨੂੰ ਕੋਈ ਵੀ ਕਰ ਸਕਦਾ ਬੱਚੇ ਵੀ ਕਰ ਸਕਦੇ ਵੱਡੇ ਵੀ ਕਰ ਸਕਦੇ ਬਜ਼ੁਰਗ ਵੀ ਕਰ ਸਕਦੇ ਕੋਈ ਵੀ ਕਿਸੇ ਵੀ ਏਜ 'ਚ ਕਰ ਸਕਦੇ ਰਾਈਟ ਐਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਵੇਲੇ ਇਹ ਤਕਲੀਫ ਹੈ ਸਾਰੇ ਬਜ਼ੁਰਗਾਂ ਦਾ ਫਾਇਦਾ ਹੋਣਾ ਚਾਹੀਦਾ ਸਭ ਦਾ ਪਲਾ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ